ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕਮ ਨਾਜ਼ਰੀਨ ਤੁਸੀਂ ਦੇਖ ਰਹੇ ਉਰਦੂ ਪੰਜਾਬੀ ਵਲਾਗ ਤੇ ਮੈਂ ਅਮਰ ਫਰੂਕ ਅੱਜ ਮੈਂ ਮੌਜੂਦ ਹਾਂ ਬਹਾਵਲਪੁਰ ਮਿਊਜ਼ੀਅਮ ਤੇ ਆ ਸਾਹਮਣੇ ਬਹਾਵਲਪੁਰ ਮਿਊਜ਼ੀਅਮ ਦੀ ਬਿਲਡਿੰਗ ਸੀ ਤੇ ਉਸ ਤੋਂ ਇਧਰਲੀ ਸਾਈਡ ਤੇ ਜਿਹੜਾ ਵੇ ਉਹ ਪਿਆ ਵੇ ਟ੍ਰੇਨ ਦਾ ਇੰਜਣ ਆ ਸਾਹਮਣੇ ਇਹ ਕਿਹਾ ਜਾਂਦਾ 85 ਟਨ ਤੋਂ ਵੀ ਜ਼ਿਆਦਾ ਵਜ਼ਨੀ ਹੈ ਇਹਦੇ ਵਿੱਚ ਵੜ ਕੇ ਮੈਨੇ ਵਿੱਚੋਂ ਕਹਿ ਫੋ ਜੀ ਇਹ ਇਹਦੇ ਬਾਰੇ ਇੱਕ ਤੇ ਉਸ ਜ਼ਮਾਨੇ 'ਚ ਕੋਇਲੇ ਨਾਲ ਇੰਜਣ ਚੱਲਦੇ ਹੁੰਦੇ ਸੀ ਟ੍ਰੇਨਾਂ ਦੇ ਤੇ ਇਹ ਵੀ ਸ਼ਾਨਦੋਖ ਹੋਈਏ ਕਿਉਂਕਿ ਇਹ ਵੀ 100 ਸਾਲ ਪੁਰਾਣਾ ਯਾਨੀ ਕਿ ਇੱਕ ਸਦੀ ਪੂਰੀ ਹੈ ਪੁਰਾਣਾਵੇਂ ਤੇ ਇਹ ਵੀ ਕੋਇਲੇ ਦੇ ਨਾਲ ਹੀ ਚੱਲਦਾ ਹੋਣਾਵੇਂ ਇਹ ਕਿਹਾ ਜਾਂਦਾ ਵੇ ਭੀ ਬਹਾਵਲਪੁਰ ਤੋਂ احمدਪੁਰ ਸ਼ਰਕੀਆ ਤੋਂ ਹੱਡ ਪੰਜਨਾ ਤਿਕਰ ਇਹਦੇ ਤੇ ਸਮਾਨ ਖੜਿਆ ਜਾਂਦਾ ਸੀ ਹੱਡ ਪੰਜਨਾ ਦਾ ਆਵੇ ਲੋ ਇਹ ਵੀ ਚੌਵੀ ਨੂੰ ਵੇਖ ਲੋ ਮੈਂ ਤਾਂ ਤੁੱਕਾ ਹੀ ਲਾ ਸਕਦਾ ਕਿ ਇਹ ਕੋਇਲੇ ਨਾਲ ਚੱਲਦਾ ਹੁੰਦਾ ਸੀ ਲੇਕਿਨ ਜਿੰਨਾ ਲਿਆਂਦਾ ਵੇ ਉਹਨਾਂ ਨੂੰ ਪਤਾ ਹੋਣਾ ਆ ਜੇ ਤੁਸੀਂ ਤਾਂ ਫੋਰਡ ਟਰੈਕਟਰੀ ਸੁਣਿਆ ਫੋਰਡ ਕਾਰ ਹੈ ਫੋਰਡ ਵੁੱਡੀ ਇਹ ਕਾਰ ਦਾ ਨਾਮ ਹੈ ਆ ਵਿੱਚ ਇਹਦੇ ਲੱਕੜ ਲੱਗੀ ਹੈ ਤੇ ਸਾਈਡਾਂ ਤੇ ਲੋਹਾ ਲੱਗਾ ਇਹ ਵੀ ਬੜੀ ਖੂਬਸੂਰਤ ਕਾਰ ਬਣਾਈ ਗਈ ਹੈ ਉਸ ਜ਼ਮਾਨੇ ਦੇ لحاظ ਨਾਲ ਤਾਂ ਬੜੀ ਵਧੀਆ ਕਾਰ ਹੈ ਇਸ ਤੋਂ ਇਲਾਵਾ ਮੈਂ ਆ ਗਿਆ ਬਹਾਵਲ ਪਰ ਮਿਊਜ਼ੀਅਮ ਦੇ ਅੰਦਰ ਹੁਣ ਅੰਦਰੋਂ ਦੇ ਨੇ ਆ ਕੀ ਕੋਸ਼ ਇੱਥੇ ਇੱਕ ਆ ਗੱਡੀ ਖਲੋਤੀ ਜੇ ਇੱਕ ਟਾਇਰ ਅੱਗੇ ਤੇ ਦੋ ਪਿੱਛੇ ਤੇ ਇੰਜਣ ਵੀ ਇਹਦਾ ਪੂਠੇ ਪਾਸੇ ਲਾਇਆ ਹੈ ਨਾ ਪਿਛਲੀ ਸਾਈਡ ਤੇ ਇੰਜਣ ਲਾਇਆ ਹੈ ਇਹ ਵੇਹ ਲੋ ਤੁਸੀਂ ਇਹਦਾ ਇੰਜਣ ਪਿਛਲੀ ਪੈਰ ਸਾਈਡ ਤੇ ਲੱਗਾ ਹੋਵੇ ਤੇ ਛੋਟੀ ਜੀ ਗੱਡੀ ਏ ਟਾਇਰ ਇਹਦੇ ਜਿਹੜੇ ਅੰਦਰਲੀ ਸਾਈਡ ਤੇ ਅੰਦਰ ਨੂੰ ਵੜੇ ਨੇ ਇਹ ਆਗੀਆਂ ਬੰਦੂਕਾਂ ਤੇ ਤਲਵਾਰਾਂ ਪੁਰਾਣੇ ਜ਼ਮਾਨੇ ਦੀਆਂ ਇਸ ਤੋਂ ਅੱਗੇ ਆ ਬਣਾएंगे ਇਹਨੇ ਆ ਪਿੱਤਲ ਦੇ ਬਰਤਨ ਆ ਸਾਰੇ ਜਿਹੜੇ ਆ ਪਿੱਤਲ ਦੇ ਬਰਤਨ ਐ ਆ ਆਗੀ ਸ਼ਾਹੀ ਬੱਗੀ ਜਿਹੜੀ ਐਵੇਂ ਦੀ ਉਥੇ ਵੀ ਖਲੋਤੀ ਸੀ ਨੂਰ ਮਹਾਲ ਜਨਵਾਬ ਸਰਸਾਦਗ ਮੁਹੰਮਦ ਖਾਨ ਵਾਸੀ ਦੀ ਜਿਹੜੀ ਬੱਗੀ ਸੀ ਆ ਆਗੇ ਅਗੋਂ ਮੈਡਲ आ मजस्मे बुत लिया के ताश के इत रखे ने बूता मुजस्म का तो मैनू नहीं पता इना इलम कौन नहीं ए, कि बनाए क्यों रखे इत आ चटू बाटा आज स्लेटियाँ तो पेंसिल ਆ ਪੱਥਰ ਆ ਗਏ ਅੱਗੋਂ ਆ ਜੇ ਛਾਜ ਤੇ ਛਾਬੀਆਂ ਤੇ ਗੱਲੇ ਆ ਮਟਕਾ ਪੁਰਾਣੇ ਜ਼ਮਾਨੇ ਦਾ ਸਮਾਨ ਪਾਣੀ ਪੂਣੀ ਰੱਖਣ ਲਈ ਤੇ ਐਵੇਂ ਦਾ 4 ਪਾਉਣ ਲਈ ਤੇ ਐਵੇਂ ਦੇ ਛਾਵਾ ਪਾਉਣ ਲਈ ਬਣਾਇਆ ਗਿਆ ਆ ਜਾਨਵਰਾਂ ਲਈ ਕੈਂਟੀਆਂ ਜਾਨਵਰਾਂ ਦੇ ਗਲਾਂ 'ਚ ਪਾਉਣ ਲਈ ਬਣਾਈਆਂ ਗਈਆਂ ਨੇ ਤੇ ਜਾਨਵਰਾਂ ਦੇ ਪੈਰਾਂ 'ਚ ਪਾਉਣ ਲਈ ਇਧਰਲੀ ਸਾਈਡ ਤੇ ਟੰਗੀਆਂ ਆ ਜਿਹੜੀਆਂ ਇਸ ਤੋਂ ਇਲਾਵਾ ਆ ਅਗੇ ਪਿੱਤਲ ਦੇ ਬਰਤਨ ਆ ਜੇ ਰੱਖਿਆ ਸਾਂ ਕਰ ਰੱਖਿਆ ਆ ਚੱਕੀ ਤੇ ਚਰਖਾ ਇਹ ਵੀ ਨੂਰਮਾਲ ਜੇ ਪਏ ਨੇ ਜਿਹੜਾ ਚੱਕੀ ਏ ਜਿਸ ਦੇ ਨਾਲ ਆਟਾ ਬਣਦਾਵੇ ਤਾਂ ਆ ਚਰਖਾ ਜਿਹਦੇ ਨਾਲ ਰਸੀਆਂ ਬਣਦੀਆਂ ਧਾਗੇ ਬਣਦੇ ਆ ਤਾਲਾ ਵੇਖੋ ਤੁਸੀਂ ਪੁਰਾਣੇ ਜ਼ਮਾਨੇ ਦਾ ਤਾਲਾ ਐਵੇਂ ਦਾ ਤਾਲਾ ਅੱਜ ਨਹੀਂ ਆਉਂਦਾ ਬੜਾ ਮਜ਼ਬੂਤ ਤਾਲਾ ਹੈ ਇਹਨੂੰ ਕੋਈ ਭੰਨ ਵੀ ਨਹੀਂ ਸਕਦਾ ਹੁਣ ਮੈਂ ਆ ਗਿਆ ਜ਼ੇਵਰਾਤ ਦੀ ਦੁਕਾਨ 'ਚ ਪੁਰਾਣੇ ਜ਼ਮਾਨੇ ਦੀਆਂ ਚਾਂਦੀ ਦੇ ਜ਼ੇਵਰਾਤ ਨੇ ਆ ਸਾਰੇ ਚਾਂਦੀ ਦੇ ਬਣਾਏ ਗਏ ਜ਼ੇਵਰਾਤ ਜੋ ਉਸ ਜ਼ਮਾਨੇ 'ਚ ਜਿਹੜੇ ਇਸਤੇਮਾਲ ਹੁੰਦੇ ਸੀ ਆਲੀ ਹੈ ਇਹ ਤੇ ਚਾਂਦੀ ਕੇ ਜ਼ੇਵਰਾਤ ਚੋਲਸਤਾਨ ਆ ਵੀ ਚਾਂਦੀ ਦੇ ਨੇ ਸਾਰੇ ਹੀ ਯਾ ਆਗੀ ਜੇ ਦੁੱਧ ਰਿੜਕਣ ਵਾਲੀ ਮਧਾਣੀ ਜਿਹਦਾ ਘਿਓ ਬਣਦਾ ਤੇ ਲੱਸੀ ਬਣਦੀ ਹੱਥ ਨਾਲ ਰਿੜਕਣ ਵਾਲੀ ਹੁਣ ਮੈਂ ਆ ਗਿਆ ਹਨਾਰਕਲੀ ਦੇ ਵਿੱਚ ਪੁਰਾਣੇ ਜ਼ਮਾਨੇ ਦੀ ਹਨਾਰਕਲੀ ਆ ਨਾਰਕਲੀ ਆ ਗਿਆ ਸਾਰਾ ਜਿਹੜਾ ਵੇ ਪੁਰਾਣੇ ਜ਼ਮਾਨੇ ਦੀ ਨਾਰਕਲੀ ਕੱਪੜੇ ਜੁੱਤੀਆਂ ਤੇ ਇਸ ਇਵੇਂ ਦਾ ਸਮਾਨ ਆ ਗਿਆ ਕੱਪੜੇ ਤੇ ਰੇਸ਼ਮ ਦੇ ਕੱਪੜੇ ਤੇ ਆ ਜਿਹੜੀ ਇਹ ਬੰਦੇ ਪਾਉਂਦੇ ਹੈ ਔਰਤਾਂ ਵਰਗੇ ਨੇ ਪਰ ਪਾਉਂਦੇ ਬੰਦੇ ਹੀ ਨੇ ਇਹ ਸਾਫਾ ਵੇ ਬੰਦੇ ਜਿਹੜੇ ਲੈਂਦੇ ਆ ਮੋਢੇ ਤੇ ਲੈਂਦੇ ਸੀ ਉਸ ਜ਼ਮਾਨੇ ਦੇ ਅੰਦਰ ਹੁਣ ਵੀ ਕਈ ਲੋਕੀ ਇਸ ਰੰਗ ਦਾ ਸਾਫਾ ਮੋਢੇ ਤੇ ਲੈਂਦੇ ਨੇ ਪਰ ਉਸ ਜ਼ਮਾਨੇ ਦਾ ਰਿਵਾਜ ਸੀ ਸਾਹਾ ਮੋੜੇ ਤੇ ਰੱਖਣਾ ਆ ਵੀ ਜੇ ਆ ਸਾਰਾ ਜਿਹੜਾ ਸਮਾਨ ਹੈ ਇਹ ਕੱਪੜੇ-ਕੂਪੜੇ, ਜੁੱਤੀਆਂ-ਜੱਤੀਆਂ ਐਵੇਂ ਦਾ ਸਮਾਨ ਯਾ ਥੱਲੇ ਪਿਆ ਖੁਸਾ, ਆਹਦਰਲੀ ਸਾਈਡ ਤੇ ਟੋਪੀ, ਚਮੜੇ ਦੀ ਬਣੀ ਹੋਈ ਟੋਪੀ। ਇਹ ਕ ਆ ਖੁਸਾ ਪਿਆ। ਇਹ ਸਾਰੀ ਹੋ ਗਈ ਜੀ ਪ੍ਰਾਣਿਕ ਜ਼ਮਾਨੇ ਦੀ ਨਾਰਕਲੀ। ਆਗੇ ਆਗੇ ਜੀ ਕਰਾਨੇ ਮਜੀਦ ਕਰਾਨੇ کریم ਪੁਰਾਣੇ ਜ਼ਮਾਨੇ ਦੇ ਪੁਰਾਣੇ ਹਰੂਫਾਂ ਨਾਲ ਲਿਖੇ ਗਏ ਕਰਾਨੇ ਮਜੀਦ ਅੱਜ ਵੀ ਕੁਝ ਇਸਤੇਮਾਲ ਹੁੰਦੇ ਐਵੇਂ ਦੇ ਲੇਕਿਨ ਇਹ ਸਾਰੇ ਇੱਥੇ ਲਾ ਦਿੱਤੇ ਗਏ ਨੇ ਇੱਕ ਜਗ੍ਹਾ ਤੇ ਰੱਖ ਦਿੱਤੇ ਗਏ ਨੇ ਇਹ ਟੋਟਲ ਜਿਹੜੇ ਨੇ ਸਾਰੇ ਦੇ ਸਾਰੇ ਕਰਾਨੇ ਮਜੀਦ ਹੀ ਨੇ ਆ ਕੁਝ ਵੱਡੇ ਲਫਜ਼ਾਂ ਨਾਲ ਲਿਖੇ ਗਏ ਆ ਜੇ ਤੋਪ ਅੱਜ ਦੀ ਦੌਰ ਜਿਹੜੇ ਕਲੈਸ਼ਨ ਕੋਪ ਹੁੰਦੀ ਹੈ ਇਸਤੇਮਾਲ ਹ ਉਸ ਦੌਰ ਦੀ ਹੈ ਤੋਪ ਹੈ ਆ ਆ ਗਏ ਅਸੀਂ ਹੁਣ ਰੇਗਿਸਤਾਨ ਦੇ ਅੰਦਰ ਆ ਬਣਾਇਆ ਗਿਆ ਇੱਕ ਤਸਵੀਰ ਕਿ ਤਸਵੀਰ ਕਾਸ਼ੀ ਕੀਤੀ ਗਈ ਹੈ ਰੇਗਿਸਤਾਨ ਦੀ ਯਾਨੀ ਕਿ ਰੇਗਿਸਤਾਨ ਚ ਅੰਜ ਝਾੜੀਆਂ ਹੁੰਦੀਆਂ ਸੀ ਅੰਜ ਲੋਕ ਹੀ ਰਹਿੰਦੇ ਸੀ ਅੱਜ ਵੀ ਰਹਿ ਰਹੇ ਨੇ ਬਾਰਡਰ ਦੇ ਨਾਲ-ਨਾਲ ਜਿਹੜਾ ਵੇ ਕਰਾਚੀ ਤੋਂ ਲੈ ਕੇ ਬਹਾਵਲਪੁਰ ਤੱਕ ਐਫ ਹੋਈਏ ਹਾਲ। ਲੇਕਿਨ ਸ਼ਹਿਰ ਦੇ ਅੰਦਰ ਇਹ ਲਗਾ ਦਿੱਤਾ ਗਿਆ ਵੇ ਕਿਉਂਕਿ ਸ਼ਹਿਰੀ ਜ਼ਿੰਦਗੀ ਹੋਰ ਹੈ ਤੇ ਜਿਹੜੀ ਪਿੰਡਾਂ ਦੀ ਜ਼ਿੰਦਗੀ ਅੱਜ ਵੀ ਇਵੇਂ ਦੀ ਹੈ ਗਈ ਹੈ। ଏਸੀ ਬਹਾਵਲਪੁਰ ਦਾ ਅਜਾਇਬ ਘਰ ਮਿਊਜ਼ੀਅਮ ਬਹੁਤ ਸ਼ੁਕਰੀਆ ਵੀਡੀਓ ਦੇਖਣ ਦਾ ਅੱਲਾ ਹਾਫਿਜ਼ ਖਦਾ ਹਾਫਜ਼।